This is Brand Max Network India and you are watching News India Now. ਜਿਗਾ ਮੈਂ ਚਾਈਨਾ ਦੇ ਪੱਤੇ ਪਾ ਰਿਹਾ ਮੇਰੇ ਖਿਆਲ ਕਾਰਪੋਰੇਸ਼ਨ ਦਾ ਜੋ ਹਾਲ ਇਹਨਾਂ 2.5 ਸਾਲਾਂ ਦੇ ਵਿੱਚ ਹੋਇਆ ਇਹ ਕਿਤੇ ਵੀ ਅੱਖੋਂ ਪਰੋਖੀ ਗੱਲ ਨਹੀਂ ਹੈਗੀ ਕਿ ਅੱਜ ਸ਼ਹਿਰ ਨੂੰ ਇਹਨਾਂ ਨੇ ਕਿਸ ਮੁਕਾਮ ਤੇ ਲਿਆ ਕੇ ਖੜਾ ਕਰ ਦਿੱਤਾ ਸ਼ਹਿਰ ਦੀ ਤੁਸੀਂ ਅੱਜ ਕੋਈ ਸੜਕ ਦੇਖ ਲਓ ਸ਼ਹਿਰ ਦੇ ਵਿੱਚ ਜੋ ਗੰਦਗੀ ਦਾ ਆਲਮ ਗੰਦਗੀ ਸਫਾਈ ਸੇਵਕਾਂ ਕਰਕੇ ਨਹੀਂ ਪਈ ਇਹਨਾਂ ਦੀ ਮਿਸਮੈਨੇਜਮੈਂਟ ਕਰਕੇ ਪਈ ਹੈ ਅੱਜ ਜਦੋਂ ਗੱਡੀਆਂ ਦੇ ਵਿੱਚ ਤੇਲ ਨਹੀਂ ਪੈਂਦਾ ਹੋਰ 36 ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਇਹ ਆਪਦੀਆਂ ਤਾਂ ਬਿਲਡਿੰਗਾਂ ਬਣਾਈ ਜਾਂਦੇ ਆ ਜਦੋਂ ਇਹਨਾਂ ਦੇ ਆਪਦੇ ਇੰਟਰਸਟ ਜਿੱਤੇ ਸ਼ੋ ਹੁੰਦੇ ਉੱਥੇ ਤਾਂ ਜਾਤੀ ਤੌਰ ਤੇ ਜਾ ਕੇ ਲਈਏ ਉਸ ਗੱਲ ਤੇ ਪਹਿਰੇਦਾਰੀ ਕਰ ਲੈਂਦੇ ਆ ਜਦੋਂ ਇਹਨਾਂ ਦੇ ਚਹੇਤੇ ਇਹਨਾਂ ਦੇ ਠੇਕੇਦਾਰ ਜਿਹੜੇ ਇਸ ਠੇਕੇਦਾਰ ਦੀ ਵੀ ਤੁਸੀਂ ਗੱਲ ਕਰਦੇ ਹੋ ਇਹ ਵੀ ਠੇਕੇਦਾਰ ਸਟਰੀਟ ਲਾਈਟ ਠੇਕੇਦਾਰ ਕਿਹਦਾ ਹਿੱਤੈਸ਼ੀ ਆ ਉਹ ਮੇਰੇ ਖਿਆਲ ਸ਼ਹਿਰ ਦੇ ਬੱਚੇ ਬੱਚੇ ਨੂੰ ਪਤਾ ਹੈ ਔਰ ਉਹਨਾਂ ਨੂੰ ਬਿਨਾਂ ਟੈਂਡਰ ਕੀਤੇ ਕਾਲ ਕੀਤਿਆਂ ਉਦਾਂ ਹੀ ਕੰਮ ਅਲਾਟ ਕਰ ਦਿੱਤਾ ਗਿਆ ਉਹ ਕੀ ਹੈ ਇਹਦੇ ਪਿੱਛੇ ਮੈਂ ਤਾਂ ਇਹ ਕਹਿੰਦਾ ਵਿਜੀਲੈਂਸ ਜਾਂਚ ਇਹਦੀ ਹੋਣੀ ਚਾਹੀਦੀ ਹੋਰ ਬਹੁਤ ਸਾਰੇ ਕੰਮ ਇਦਾਂ ਦੇ ਆ ਅੱਜ ਜਦੋਂ ਇੱਕ ਰਾਤ ਦੇ ਵਿੱਚ 70 ਜਿਹੜੀਆਂ ਦੁਕਾਨਾਂ ਬਣ ਜਾਂਦੀਆਂ ਤੇ ਜੇ ਕੋਈ ਗਰੀਬ ਵਿਚਾਰਾ ਇੱਕ ਡੇਢ ਮਰਲੇ ਦਾ ਆਪਦਾ ਮਕਾਨ ਕੋਈ ਬਣਾ ਲੈਂਦਾ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਤਾਂ ਉਹਨੂੰ ਤੋੜਨ ਇਹ ਸਾਰੇ ਮੇਅਰ ਸਾਹਿਬ ਆਰਡਰ ਕਰ ਦਿੰਦੇ ਆ ਐਮਐਲਏ ਸਾਹਿਬ ਆਰਡਰ ਕਰ ਦਿੰਦੇ ਵੀ ਇਹ ਢੱਟਣਾ ਚਾਹੀਦਾ ਤਾਂ ਦੁਕਾਨਾਂ ਜਿੱਥੋਂ ਇਹਨਾਂ ਨੂੰ ਮੈਂ ਸਮਝਦਾ ਕਿ ਵੱਡੇ ਪੱਧਰ ਦੇ ਉੱਤੇ ਲੈਣ ਦੇਣ ਹੁੰਦਾ ਇਹ ਤਾਂ ਉੱਥੇ ਇਹਨਾਂ ਦੀ ਕੋਈ ਕਾਰਗੁਜ਼ਾਰੀ ਨਹੀਂ ਤਾਂ ਸ਼ਹਿਰ ਅੱਜ ਬਹੁਤ ਮੰਦਭਾਗੇ ਦੌਰ ਦੇ ਵਿੱਚ ਗੁਜ਼ਰ ਰਿਹਾ ਹੈਗਾ ਇਹ ਡਿਊ ਟੂ ਇਸ ਕਰਕੇ ਆ ਕਿਉਂਕਿ ਮੇਅਰ ਜਿਹੜਾ ਆ ਪੂਰਨ ਤੌਰ ਤੇ ਜਿਸ ਮੇਅਰ ਨੂੰ ਉਹਨਾਂ ਦੀ ਆਪਦੀ ਪਾਰਟੀ ਦੇ ਐਮਐਲਏ ਆਪਦੀ ਪਾਰਟੀ ਦੇ ਕਾਉਂਸਲਰ ਇਹ ਗੱਲ ਕਹਿਣ ਕਿ ਇਹ ਨਾ ਕਾਮਯਾਬ ਅਸੀਂ ਗਲਤ ਬੰਦਾ ਬਣਾ ਲਿਆ ਤਾਂ ਮੈਂ ਸਮਝਦਾ ਵੀ ਸਾਡੇ ਕਿਸੇ ਕਹਿਣ ਦੀ ਲੋੜ ਹੀ ਨਹੀਂ।